घोड़े बाज नहीं है, बाजा वाला भी पिछे गया, बाजा वाला भी नाल है, बाजा वाला नाल है, शहीद सिंह नाल है, अकाल ही अकाल है, बोले सो निहाल है, सत श्री अकाल है। मुर्दां दे पुत हां, मुर्दियां दे नहीं, याद रखियो। ओ ऐसा अड़ियल रवैया ओ धर्मी बंदे दा नहीं हो सकदा। धर्मी बंदे ते बिच जांदे आ, प्यार करे ते गल नाल लाइए, जे कोई अड़े ता झाड़ बिठाइए, ओ दुनिया है राजी इसे गल। कई बारी तपो राज राजो नरक है, कित्थों आके तू किथे ताज ते बह गया, ते जेड़ा राजा हुंदा प्यो समान हुंदा है। तेनू नींद किवें आउंदी है, अपने आवाम नू दुखी देख के तेनू नींद किवें आउंदी है, तेनू भुख किवें लगदी है, कि तू बच्चियां नू देख, धीआं नू देख, और तेनू शर्म होनी चाहिए। शर्म कर थोड़ी जी, महाराज ने तेनू एड्डी गद्दी दित्ती है, अजे भी पंजाब नू गल ला लै नी, मैं तेनू छत ला के कहना तेरिया नस्लां दा पता नहीं होना। तू तो गुजरात च जम्मिया, जटा दी अड़ी नहीं वेखी, जो जट अड़ी ते आ जांदे आ ना, ते पुछ के वेखिए ते रब नाल भी आडा ला लैंदे आ। मनू साडी दात्री, असी मनू दे सोए, ज्यो ज्यो मनू वड़दा असी ढूंढ समाए, ये मनू दी जगह किते मोदी ना हो जाए। वाहिगुरु जी का खालसा, मिला के मेनू धन करता है, मेरा मन भर गया, मेरे ते कृपा करना गुरु महाराज, मैं तोडे सिंघां दी जुतियां साफ करा, पैर धो धो के पिया करा। वाहिगुरु जी का खालसा, वाहिगुरु जी की फतेह। खालसा जी, एक चेते रखियो, ए मदा समझो कि असि कठोर दे लिया, ओए जे कोई प्यार करे ना, आ वेखो ए तो दिल खोल के पछाण दे आ। जोगराज सिंह जी ने जो इस किसानी संघर्ष नु बल दिता, जो इस संघर्ष दे अंदर इन्हां ने एक रूह फूकती, सचमुच धन बाबा दीप सिंह जी शहीद, ओ महान अमर शहीद, सूरबीर बचन के बली। ओही कहंदे आ कहंदे, संत सिपाही सूरबीर बाबे ने, ठंडे नाल खेच दी लकीर बाबे ने। ओ बाबे अज भी आ, ओ जाने ही नहीं साडे विचों, साडे रोम रोम दे विच ने, महाराज दीआं मेहरां ने, रहमतां ने। सचमुच बहुत आनंद आया जदों सचमुच बचपन तो लैके जवानी तक आपां सारिआं ने इन्हां दे जो किरदार वेखे ने, पर आ जिहड़ा किरदार सच दा, हक दा, जुरत दा, दलेरी दा, और सच्चाई दा, और सिदक दा, उन्हां दे मास फटिआ होइआ, सच चोट लगी हुई आ, लत तुरना भी बड़ा औखा हो रिहा, पर जिहड़े मर्द हुंदे ना ਉਹ ਇਤਿਹਾਸ ਇਹਨਾਂ ਨੇ ਦੁਹਰਾ ਤੇ ਮੁੜ ਕੇ, ਜਿਹੜੇ ਪਹਿਲਾਂ ਦੁਹਰਾਏ ਗਏ ਸੀ ਉਹੀ ਇਤਿਹਾਸ ਅੱਜ ਮੁੜ ਕੇ ਦੁਹਰਾਏ ਜਾ ਰਹੇ ਆ। ਯਾਰੋ ਯਾਦ ਰੱਖਿਓ, ਭੁੱਲ ਜਾਂਦੇ ਕੁਰਬਾਨੀ ਦਾ ਰਾਹ, ਜਿਹੜੇ ਉਹ ਤਾਂ ਭਟਕਦੇ ਭਟਕਦੇ ਭਟਕ ਜਾਂਦੇ, ਪਰ ਅਣਖੀ ਕਦੇ ਅਟਕਾਇਆ ਨਹੀਂ ਅਟਕ ਸਕਦੇ, ਕੁਝ ਦਿਲ ਅਟਕਦੇ ਅਟਕਦੇ ਅਟਕ ਜਾਂਦੇ, ਉਸ ਦਿਲ ਅਟਕਦੇ ਅਟਕਦੇ ਅਟਕ ਜਾਂਦੇ, ਯੋਧੇ ਸੂਰਮੇ ਸਿਰਾਂ ਦੇ ਕਰਨ ਸੌਦੇ, ਝਟਕਦੇ ਝਟਕਦੇ ਝਟਕ ਜਾਂਦੇ, ਆਸ਼ਿਕ ਸੂਰਮੇ ਵਤਨ ਦੀ ਸ਼ਾਨ ਖਾਤਰ, ਉਹ ਸੂਲੀ ਫਾਂਸੀ ਲਟਕਦੇ ਲਟਕਦੇ ਲਟਕ ਜਾਂਦੇ, ਇਸ਼ਕ ਦੀ ਜਿਨ੍ਹਾਂ ਨੂੰ ਝਟਕਦੀ ਏ, ਫੇਰ ਦਿਲਾਂ ਦੀ ਉਹ ਉਮੀਦ ਹੁੰਦੇ, ਉਹ ਕਤਲ ਗਾਹਾਂ ਵੀ ਪੂਜੀਆਂ ਜਾਂਦੀਆਂ ਨੇ, ਓਏ ਲਾਲ ਮਾਵਾਂ ਦੇ ਜਿੱਥੇ ਸ਼ਹੀਦ ਹੁੰਦੇ, ਮਰਦਾਂ ਦੇ ਪੁੱਤ ਹਾਂ ਮੁਰਦਿਆਂ ਦੇ ਨਹੀਂ। ਯਾਦ ਰੱਖਿਓ, ਜਿਹੜੇ ਦੇਸ਼ ਬਦਲੇ, ਕੌਮ ਬਦਲੇ, ਨੇਕੀ ਬਦਲੇ, ਸੱਚ ਬਦਲੇ, ਗੈਰਤ ਬਦਲੇ, ਕੁਰਬਾਨ ਹੁੰਦੇ ਨੇ ਨਾ, ਉਹ ਮਰ ਕੇ ਵੀ ਨਹੀਂ ਮਰਦੇ, ਤੇ ਜਿਹੜੇ ਮਰਨੇ ਤੋਂ ਡਰਦੇ ਨੇ ਉਹਦਾ ਦਿਹਾੜੀ ਵਿੱਚ 100 ਵਾਰੀ ਮਰਦੇ ਨੇ। ਮਾਰੇ ਦੀਆਂ ਮੇਰਾ ਨੇ, ਅਸੀਂ ਇੱਕ ਜੋਟਿਆਂ ਵੀਰੋ, ਹੋਣਗੀਆਂ ਲੱਖ ਦੁਸ਼ਮਣੀਆਂ ਉੱਥੇ ਹੋਣਗੀਆਂ, ਪਰ ਇੱਥੇ ਕੋਈ, ਇੱਥੇ ਤਾਂ ਸਾਰੇ ਸੱਜਣ ਨੇ। ਹਰਿਆਣੇ ਕਾ ਜਾਟ,
पंजाब दे जट और गुरमुख प्यारियो हुण ब्राह्मण भरा ਉਹ ਸਾਨੂੰ ਮਿਲ ਕੇ ਗਏ ਆ ਉਹ ਕਹਿੰਦੇ ਅਸੀਂ ਹਮ ਵੀ ਤੁਹਾਡੇ ਸਾਥ ਹੈ ਹੁਣ ਵੇਖਣ ਵਾਲੀ ਗੱਲ ਇਹ ਆ ਧਰਮੀ ਇਹ ਧਰਮ ਪਰਮੇਸ਼ਰ ਦੀ ਖੇਡ ਆ ਪਰ ਜੋ ਸਚਾਈ ਆ ਜੋ ਸੱਚ ਆ ਉਹ ਤਾਨਾ ਸ਼ਾਹ ਉਹ ਐਸਾ ਅੜੀਅਲ ਰਵਈਆ ਉਹ ਧਰਮੀ ਬੰਦੇ ਦਾ ਨਹੀਂ ਹੋ ਸਕਦਾ ਧਰਮੀ ਬੰਦੇ ਤੇ ਵਿਛ ਜਾਂਦੇ ਆ ਪਿਆਰ ਕਰੇ ਤੇ ਗੱਲ ਨਾਲ ਲਾਈਏ ਜੇ ਕੋਈ ਅੜੇ ਤਾਂ ਝਾੜ ਬਿਠਾਈਏ ਉਹ ਦੁਨੀਆ ਹੈ ਰਾਜੀ ਇਸੇ ਗੱਲ ਪਿਆਰ ਕਰਕੇ ਤੇ ਵੇਖੋ ਆ ਮਹਾਰਾਜ ਦੀਆਂ ਮਿਹਰਾਂ ਨੇ ਸਤਿਗੁਰੂ ਦੀ ਕਿਰਪਾ ਹੈ ਸਰਦਾਰ ਸਾਹਿਬ ਹੋਰਾਂ ਦਾ ਬਹੁਤ ਦਿਲ ਦੀ ਗਹਿਰਾਈ ਤੋਂ ਧੰਨਵਾਦ ਸੁਣਦੇ ਹੁੰਦੇ ਸੀ ਜਦੋਂ ਬਾਬਾ ਜੀ ਸਤਿਕਾਰ ਯੋਗ ਰਾਜੇ ਜੋਗੀ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹ ਕਿਤੇ ਛੋਟੀ ਮੋਟੀ ਹਸਤੀ ਆ ਉਹ ਉਹਨਾਂ ਦੇ ਬਚਨ ਜਿਹੜਾ ਉਹਨਾਂ ਦੀ ਸੰਗਤ ਚ ਆ ਗਿਆ ਨਾ ਉਹਨੂੰ ਵੀ ਬ੍ਰਹਮ ਦੀ ਅਵਸਥਾ ਵਿਚ ਖੇਡਣ ਲਾਤਾ ਉਹਨਾਂ ਇਹਨਾਂ ਦਾ ਜਨਮ ਉਹਨਾਂ ਮਹਾਂਪੁਰਖਾਂ ਦੇ ਅਰਦਾਸਿਆਂ ਨਾਲ ਰੱਬ ਦੇ ਘਰੋਂ ਚੰਗੀ ਚੰਗੀ ਕੋਈ ਜੋਤ ਚੰਗੀ ਕੋਈ ਹਸਤੀ ਲੈ ਕੇ ਆਏ ਔਰ ਮਹਾਰਾਜ ਦੀ ਕਿਰਪਾ ਤੇ ਫਿਰ ਅਮਰ ਸ਼ਹੀਦ ਦੁਨੀਆਂ ਦੇ ਉੱਤੇ ਜੰਗਾਂ ਲੜਨ ਵਾਲੇ ਬੜੇ ਬੜੇ ਯੋਧੇ ਹੋਏ ਆ ਬਿਨਾਂ ਸਿਰ ਤੋਂ ਲੜਨ ਵਾਲੇ ਵੀ ਹੋਏ ਆ ਪਰ ਸੀਸ ਤਲੀ ਤੇ ਧਰ ਕੇ ਜੇ ਕੋਈ ਲੜੇ ਨੇ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਸਾਹਿਬ ਲੜੇ ਗੱਜ ਗੱਜ ਕਰੇ ਗਈ ਆਵੇ ਫਤਿਹ ਪਾਵੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀਆਂ ਨੂੰ ਭਾਵੇ ਨਿਹਾਲ ਹੋ ਜਾਵੇ ਗੱਲ ਕਹਿੰਦਾ ਵੀ ਸਾਡਾ ਕਿਸੇ ਧਰਮ ਨਾਲ ਵੈਰ ਨਹੀਂ ਸਾਡਾ ਹਿੰਦੂ ਨਾ ਸਾਡਾ ਮੁਸਲਿਮ ਨਾ ਵੈਰ ਨਹੀਂ ਸਭ ਸਾਡੇ ਨੇ ਕੋਈ ਵੈਰ ਨਹੀਂ ਸਾਡੀ ਕਿਸੇ ਧਰਮ ਨਾਲ ਲੱਗਦੀ ਨਹੀਂ ਔਖੇ ਹਾਂ ਸਰਕਾਰ ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਦੇ ਗਦਾਰਾਂ ਤੋਂ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਜਦੋਂ ਆਪਣੇ ਬੁੱਕਲ ਦੇ ਸੱਪ ਬਣ ਜਾਂਦੇ ਨਾ ਪਰ ਦੁੱਖ ਲੱਗਦਾ ਪਰ ਉਹ ਨਹੀਂ ਹੁਣ ਬਣਦੇ ਨੇ ਗਦਾਰਾਂ ਨੇ ਗਦਾਰੀਆਂ ਕੀਤੀਆਂ ਬੱਬਰ ਅਕਾਲੀਆਂ ਦੇ ਬਾਰਸਿਆਂ ਸੀ ਤੇ ਉਹਨਾਂ ਬੱਬਰ ਅਕਾਲੀਆਂ ਨੇ ਕਿਹਾ ਅੰਗਰੇਜ਼ਾਂ ਨਾਲ ਫਿਰ ਦੇਖਾਂਗੇ ਪਹਿਲਾਂ ਇਹਨਾਂ ਨੂੰ ਹੀ ਵੇਖ ਲਈਏ ਸੋ ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀਆਂ ਬਾਬਾ ਜੀ ਝਿੰਗੜਾਂ ਆਪਣੇ ਝੰਡਾ ਸਾਹਿਬ ਵਾਲੇ ਬਾਬਾ ਜੀ ਦੀਪ ਸਿੰਘ ਜੀ ਉਹ ਵੀ ਨਾਲ ਆਏ ਨੇ ਇਹ ਬਹੁਤ ਵੱਡੇ ਕਾਰਜ ਕਰ ਰਹੇ ਨੇ ਸਾਡੇ ਦੁਆਬੇ ਦੀ ਧਰਤੀ ਤੇ ਮਾਣ ਆ ਸਾਰਿਆਂ ਉੱਤੇ ਬੜੀਆਂ ਪਿਆਰੀਆਂ ਪਿਆਰੀਆਂ ਰੂਹਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਉਹ ਸਿੰਘ ਅਸੀਂ ਸਾਰੇ ਇੱਥੇ ਆ ਤਰਨਾ ਦਲ ਵਾਲੀ ਇੱਥੇ ਆ ਕਿਸਾਨ ਭਰਾਵਾਂ ਨੂੰ ਅਸੀਂ ਕਹਿ ਦਿੱਤਾ ਜਿੱਦਣ ਹੁਕਮ ਕਰ ਦਿਓ ਜਿੰਨੀਆਂ ਤੁਸੀਂ ਜਥੇਬੰਦੀਆਂ ਇਕੱਠੇ ਹੋਗੇ ਨਾ ਜਿੱਦਣ ਕਹਿ ਦਿਆਂਗੇ ਮੋਹਰੇ ਲਾ ਕੇ ਤੁਰਾਂਗੇ ਲੋਕਾਂ ਦੇ ਪੁੱਤ ਨਹੀਂ ਸਭ ਤੋਂ ਮੋਹਰੇ ਅਸੀਂ ਆਪਣੀਆਂ ਛਾਤੀਆਂ ਦਾਵਾਂ ਮੋਹਰੇ ਲਾ ਕੇ ਚੱਲਾਂਗੇ ਜਿੱਦਣ ਕਹਿ ਦੇਣਗੇ ਗੱਜ ਗੱਜ ਕਰਾ ਜਾਵੇ ਨਿਹਾਲ ਹੋ ਜਾਵੇ ਸ਼ਹੀਦਾਂ ਸਿੰਘਾਂ ਨੂੰ ਭਾਵੇ ਮਾੜੇ ਤੁਹਾਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਕਰੇ ਇਹ ਕਿਹਾ ਮਾਰੇ ਕਹਿੰਦੇ ਜਿਹੜਾ ਮੇਰਾ ਪਿਆਰਾ ਨਾ ਜਿਹੜਾ ਮੇਰਾ ਬਣ ਜਾਂਦਾ ਮੈਂ ਉਹਦਾ ਬਣ ਜਾਂਦਾ ਉਹ ਤੇ ਮੈਂ ਇੱਕ ਮਿਕ ਦੁਕਾਲੰ ਪਰਨਾਸੀ ਦਇਆਲ ਸਰੂਪੇ ਸਦਾ ਸੰਗੇ ਅਪੰਗੰਗ ਪੂਤੇ ਥੋੜੀ ਕਿਹਾ ਮੈਂ ਵੀ ਕਦੇ ਕਦੇ ਸੰਗ ਉਹਨਾਂ ਮਾਰੇ ਕਹਿੰਦੇ ਸਦਾ ਸਦਾ ਹੀ ਅੰਗ ਸੰਗੇ ਕੋਈ ਬਚਨ ਇਹਨਾਂ ਆਉਂਦਿਆਂ ਕਿਹਾ ਮਾਰੇ ਦੀ ਮੇਰੇ ਰੰਗ ਚੜਿਆ ਹੋਇਆ ਇਹ ਪਿਆਰ ਦਾ ਇਹ ਮੁਹੱਬਤ ਦਾ ਇਹ ਸੱਚੜਾ ਇਸ਼ਕ ਹੀ ਓਏ ਇਸ਼ਕ ਇਸ਼ਕ ਨਹੀਂ ਆਖਿਆ ਇਸ਼ਕ ਹੁੰਦਾ ਪਤਾ ਇਸ਼ਕ ਦਾ ਇਸ਼ਕ ਦੇ ਡੰਗਿਆਂ ਨੂੰ ਰੰਗ ਰੰਗ ਨਹੀਂ ਆਖਿਆ ਰੰਗ ਚੜਦਾ ਪਤਾ ਰੰਗ ਦਾ ਨਾਮ ਵਿੱਚ ਰੰਗਿਆਂ ਨੂੰ ਕਿਹੜੇ ਭਾਅ ਸ਼ਹਾਦਤ ਦਾ ਜਾਮ ਮਿਲਦਾ ਤਾਂ ਪਤਾ ਧਾਰ ਤਲਵਾਰ ਦੀ ਡੰਗਿਆਂ ਨੂੰ ਇਹ ਤੇ ਸਤਿਗੁਰਾਂ ਦੀਆਂ ਖੇਡਾਂ ਨੇ ਉਹ ਵਰਤ ਰਹੇ ਆ ਮੈਨੂੰ ਕਹਿੰਦੇ ਵੀ ਘੋੜੇ ਵੀ ਆ ਗਏ ਬਾਜ ਵੀ ਆ ਗਏ ਮੈਂ ਕਿਹਾ ਘੋੜੇ ਬਾਜ ਹੀ ਨਹੀਂ ਹੈ ਬਾਜਾਂ ਵਾਲਾ ਵੀ ਪਿੱਛੇ ਹੀ ਗਿਆ ਬਾਜਾਂ ਵਾਲਾ ਵੀ ਨਾਲ ਹੈ ਬਾਜਾਂ ਵਾਲਾ ਨਾਲ ਹੈ ਸ਼ਹੀਦ ਸਿੰਘ ਨਾਲ ਹੈ ਅਕਾਲ ਹੀ ਅਕਾਲ ਹੈ ਬੋਲੇ ਸੋ ਨਿਹਾਲ ਹੈ ਸਤਿ ਸ੍ਰੀ ਅਕਾਲ ਹੈ ਅਕਾਲ ਹੀ ਅਕਾਲ ਹੈ ਇਹਦੇ ਰੰਗ ਚੜੇ ਹੋਏ ਆ ਇੰਨਾ ਚਾ ਵੇਖਿਆ ਮੈਂ ਉਹ ਬਣਾਏ ਪਦਾਰਥ ਹਰ ਇੱਕ ਜਗ੍ਹਾ ਹਰ ਇੱਕ ਤੰਬੂ ਚ ਤੇ ਉਹ ਐਤਕੀ ਦੁਆਬੇ ਵਾਲੇ ਵੀ ਬੜੇ ਵੱਧ ਛੱਡ ਕੇ ਆਏ ਮਾਰਦੀਆਂ ਮੇਰਾ ਕਿਉਂਕਿ ਬਹੁਤੇ ਪ੍ਰਦੇਸ਼ਾਂ ਵਿੱਚ ਨੇ ਪਰ ਮਹਾਰਾਜ ਨੇ ਕਿਰਪਾ ਕਰਤੀ ਸਾਡੀਆਂ ਧੀਆਂ ਭੈਣਾਂ ਆਈਆਂ ਹੋਈਆਂ ਇੱਕ ਭੈਣ ਕੋਈ ਟੋਰਾਂਟੋ ਤੋਂ ਕੈਨੇਡਾ ਤੋਂ ਓਟਵਾ ਦਾ ਓਟਵਾ ਦੇ ਵਿੱਚ ਬਹੁਤ ਵੱਡੀ ਉਹਨਾਂ ਸਰਦਾਰ ਦੀ ਰੈਲੀ ਕੀਤੀ ਹਲਾ ਕੇ ਰੱਖ ਦਿੱਤਾ ਉਹ ਆਪ ਜੀ ਨੂੰ ਮੈਨੂੰ ਵੀ ਉਹ ਚਾਹੁੰਦੇ ਸੀ ਵੀ ਉਹ ਲਾਈਵ ਲੈਣ ਪਰ ਉਹ ਕੰਟੈਕਟ ਦੀ ਕੋਈ ਖੇਡ ਬਣ ਗਈ ਏਦਾਂ ਹੀ ਅਮਰੀਕਾ ਦੇ ਵਿੱਚ ਸਿਆਟਲ ਇਲਾਕੇ ਦੇ ਵਿੱਚ ਉਹ ਜੋ ਉਹਨਾਂ ਦੀ ਰਾਜਧਾਨੀ ਬਹੁਤ ਵੱਡਾ ਸਟੇਸ਼ਨ ਹੋਣ ਜਾ ਰਿਹਾ ਕੱਲ ਨੂੰ ਪਰਸੋਂ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਉਹ ਨਾਲ ਅੜ ਕੇ ਖੜ ਗਏ ਇਹ ਉਹਨਾਂ ਦੇ ਹਾਈ ਕਮਿਸ਼ਨਰ ਨੂੰ ਇੱਥੇ ਤੰਗ ਕਰਦੇ ਫਿਰਦੇ ਆ ਵੇਖੋ ਕੈਸੀਆਂ ਕਿਹੜੀਆਂ ਗੱਲਾਂ ਇਹ ਸਰਦਾਰ ਜੀ ਕੀ ਸਮਝਦੇ ਹੋ ਵੀ ਇਹਨਾਂ ਦੇ ਮਨ ਦੇ ਵਿੱਚ ਕੀ ਆ ਇਹ ਕਿਉਂ ਐਸਾ ਕਰ ਰਿਹਾ ਸਾਡੇ ਨਾਲ
मैं समझता बाबा जी कई बारी तपो राज राजो नरक है कितो आके तू कि ताज ते बह गया ते जेड़ा राजा हुंदा प्यो समान हुंदा जिस तरह गुरु गोबिंद सिंह जी महाराज कहंदे सी मेरा एक खालसा मेरी जान तो वध के प्यारा है कि ते ए सिख लवे पर इनू ए मत आ जावे कि तेनू नींद किवें आउंदी है अपने आवाम नू दुखी देख के तेनू नींद किवें आउंदी है तेनू भुख किवें लगदी है कि तू बच्चियां नू देख धीआं नू देख और तेनू शर्म होनी चाहिए कि ते ए ना होवे जिदा औरंगजेब की कबर ते बिठा पैंदियां ते दीया जलाने वास्ते मंग के तेल तेन दीवा जलाना पैंदा तेरिया कबरां ते किसी ने थुक्कड़ नहीं आना जिंदगी शर्म कर थोड़ी जी महाराज ने तेन एडी गद्दी दिती है अजे भी पंजाब नू गाल ला लै नी मैं तेन शत ला के कहना तेरिया नस्लां का पता नहीं होना औरंगजेब की नस्ल भीख मंगती फिर हां 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 गुरु क्या ना जिन्हें मथा लाया जड़ा पुटिया गई जड़ा देखो बाबे के गुरु कलगीधर जी कहते बाबे के बावर के दो आप करे परमेसर सो जो बाबे के दान ना दे है तिन ते कह बावर के लै है जेड़ा बाबियां नाल अज नहीं खड़ेगा ना वो फिर बावर क्या दे पासे होया ते जेड़ा बावर क्या दे पासे होया वो ते फिर धक्का जो कुछ करदे रहे आ पर बावर नू जे राज परमेसर ने दिता ते फिर जड़ा भी अपने तन दे उत्ते भावे तवियां ते बहना पिया भावे शीस कटवाने पे किड्डी वड्डी खेड आ तिलक जंजू की राखी सतगुरां ने की थी। वो एक शायर लिखता जी कहंदा ये तिलक और जंजू कायम है रहम ते कादर का सदका ये पत और पर्दे कायम है धर्म की चादर का सदका कोई माने या ना माने ये दिल्ली अब तक बोल रही मंदिरों के झंडे झूल रहे गुरु तेग बहादुर की सदका गुरु तेग बहादुर का सदका। और फिर मैं कह देखो टोडर मल जी उन्होंने किड्डी वड्डी कुर्बानी है जे गंगू ने चंदू ने धर्म नहीं कोई माड़ा साडा धर्म करके नहीं साडा जुल्म दे नाल बह रहा धर्म नाल साडा कोई वैर नहीं साडी वड वडेरे ते अज ओ गजनी दे विच चौंक हैगे ने ना पर धान्या मेरे सतगुरु धानो शहीद धानो साडे योधे आंदे जदों भैणां नू मोड़ के लियाउणा इहनां दे घरां विच पहुंचाउण जाणा इहनां कहणा नहीं इह ते मुसलमानां नाल रहि गए आईआं ते पिट्टियां गईआं क्यों साडे बजुर्गां समझाउणा होए इदां ना समझो ते कुछ ना करो धीआं साडियां ने और धीआं ने कहना वीरो सानू नाल ही लै चलो असीं नहीं इहो जिहे लोकां दे नाल रहना जिहड़े साडी इस तरह जिन्हां कोलों पहलां सानू खोह के लै गए उन्हां फेर खोह के लै जाणा और ओह भैणां ने भी तगड़े तगड़े कार्ज कीते महाराज दीआं मेहरां ने कि सच्चा पंथ है सच्चे दा नहीं मिट सकदा नहीं मर सकदा लख झखड़ झुलजे इस उत्ते फेरदा वाल विंगा नहीं कर सकदा इहदे देखो जदों जदों मारिया बच्चिया दे टोटे टोटे करवा के गला च हार पाए वो एक मां दे गल च हार पाया दूजी ने अपना पुत्र आप ही फड़ा कहती इन मां शहीद कर क्यों आदी मेरी भैन शहीद सिंह की मां बन गई मैं हले शहीद की मां नहीं बनी मनु साडी दातरी असि मनु दे सोए ज्यो ज्यो मनु वड़दा असि ढूंढ सवाए मनु की जगह कितने मोदी ना हो जाए जे जुल्म करूगा ना ते फिर एदा नाम भी ते ओ जालमत लिखा जाएगा आप जी ने बहुत सोहना आख्या मन जाओ छड़ दे अड़िया अड़ियल सभा जे तेरा ना तू तो गुजरात जमया ऐ फिर जटा दी अड़ी नहीं वेखी जो ए जट अड़ी ते आ जांदे आ ना ते पुछ के वेखिए ते रब नाल भी आडा ला लैंदे आ दुनियावी राजयां दी केड़ी गल आ।